ਨਗਰ ਪੰਚਾਇਤ ਘੱਗਾ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਵਾਰਡਾਂ ਤੋਂ ਵੱਖ-ਵੱਖ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉੱਥੇ ਹੀ ਵਾਰਡ ਨੰਬਰ 10 ਤੋਂ ਕਾਂਗਰਸ ਤੋਂ ਟਿਕਟ ਨਾ ਮਿਲਣ 'ਤੇ ਨਿਰਾਸ਼ ਕੁਲਵੰਤ ਸਿੰਘ ਸੋਹਲ ਨੇ ਲੇਡੀਜ਼ ਰਿਜ਼ਰਵ ਸੀਟ ਤੋਂ ਆਪਣੀ ਪਤਨੀ ਪਰਮਿੰਦਰ ਕੌਰ ਸੋਹਲ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਸੀ, ਜਿਨ੍ਹਾਂ ਦਾ ਕਾਗਜ਼ਾਂ ਦੀ ਪੜਤਾਲ ਕਰਨ 'ਤੇ ਕਾਗਜ਼ ਸਹੀ ਪਾਏ ਜਾਣ ਤੋਂ ਬਾਅਦ ਘਰ ਪਹੁੰਚਣ 'ਤੇ ਪਹਿਲਾਂ ਹੀ ਉਡੀਕ ਵਿੱਚ ਖੜ੍ਹੇ ਵਾਰਡ ਵਾਸੀਆਂ ਵੱਲੋਂ ਬੀਬੀ ਰਿੰਪਲ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਗਿਆ, ਜਿਸ ਦੌਰਾਨ ਪਰਮਿੰਦਰ ਕੌਰ ਸੋਹਲ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਅਤੇ ਕੁਲਵੰਤ ਸਿੰਘ ਸੋਹਲ ਵੀ ਵਾਰਡ ਵਾਸੀਆਂ ਤੋਂ ਮਿਲੇ ਪਰਿਵਾਰ ਤੋਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਉਹਨਾਂ ਵੱਲੋਂ ਜਿੱਥੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ, ਉੱਥੇ ਹੀ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਮੀਡੀਆ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸੋਹਲ ਪਰਿਵਾਰ ਨੇ ਕਿਹਾ, ਤੁਸੀਂ ਅੱਜ ਟਿਕਟ ਤੁਹਾਡੀ ਕਲੀਅਰ ਹੋ ਗਈ, ਕਾਗਜ਼ ਪੱਤਰ ਕਲੀਅਰ ਹੋ ਗਏ, ਕਿੰਨਾ ਕੁ ਮਹਿਸੂਸ ਕੀ ਮਹਿਸੂਸ ਕਰਦੇ ਤੁਸੀਂ? ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ ਜੀ, ਅੱਜ ਤਾਂ ਮੈਨੂੰ ਬਸ ਐਂ ਵੀ ਮੇਰੇ ਪਿੰਡ ਦੀ ਸਾਰਿਆਂ ਦੀ ਜਿੱਤ ਹੋ ਗਈ, ਜਿਹੜੇ ਮੇਰੇ ਕਾਗਜ਼ ਕਲੀਅਰ ਹੋ ਗਏ ਅਤੇ ਪ੍ਰਸ਼ਾਸਨ 'ਤੇ ਮੈਨੂੰ ਪਹਿਲਾਂ ਵੀ ਬਹੁਤ ਮਾਣ ਸੀਗਾ, ਠੀਕ ਹੈ ਵੀ ਉਹ ਮੇਰੇ ਨਾਲ ਧੱਕਾ ਨਹੀਂ ਕਰਨਗੇ, ਉਹਨਾਂ ਨੇ ਸੱਚ ਦੀ ਆਵਾਜ਼ ਨੂੰ ਜਿਹੜਾ ਉਹਨਾਂ ਨੂੰ ਸਮਝਿਆ ਅਤੇ ਉਹਨਾਂ ਨੇ ਇਸ ਕਰਕੇ ਮੇਰੇ ਕਾਗਜ਼ ਜਿਹੜੇ ਨੇ ਉਹ ਕਲੀਅਰ ਕੀਤੇ ਨੇ, ਮੈਂ ਉਹਨਾਂ ਦਾ ਬਹੁਤ ਥੈਂਕ ਯੂ ਕਰਦੀ ਹਾਂ। ਤੁਸੀਂ ਆਪਣੀ ਚੋਣ ਮੁਹਿੰਮ ਨੂੰ ਕਿਵੇਂ ਲੈ ਕੇ ਜਾਓਗੇ? ਹੁਣ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਜੀ, ਅਸੀਂ ਹੁਣ ਖੁਸ਼ੀ ਦੀ ਲਹਿਰ ਆ, ਸਾਰੇ ਮੇਰੇ ਵਾਰਡ ਵਾਲੇ ਤਾਂ ਹੁਣ ਸਾਰੇ ਮੇਰੇ ਨਾਲ ਹੀ ਨੇ, ਅਸੀਂ ਤਾਂ ਦਿਨ ਰਾਤ ਹੁਣ ਬਸ ਟਿਕਣਾ ਹੀ ਨਹੀਂ, ਪੂਰੀ ਸਪੋਰਟ ਤੁਹਾਨੂੰ ਹੈਗੀ ਹੈ। ਹਾਂਜੀ ਸੋਹਲ ਸਾਹਿਬ, ਤੁਸੀਂ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ? ਮਾਹੌਲ ਸੱਚ ਦੀ ਜਿੱਤ ਹੋ ਜੀ, ਮੇਰੀ ਵਫਾਦਾਰੀ ਦਾ ਇਨਾਮ ਮੇਰਾ ਨਗਰ ਦਊ, ਠੀਕ ਹੈ, ਆਵਾਜ਼ ਬੁਲੰਦ ਕਰਕੇ ਹਰ ਇੱਕ ਚੌਂਕ 'ਚ, ਹਰ ਇੱਕ ਧਰਮਸ਼ਾਲਾ 'ਚ, ਹਰ ਇੱਕ ਅੱਡੇ 'ਤੇ ਜਿੰਨੇ ਵੀ ਦੁਕਾਨਦਾਰ ਭਰਾ ਨੇ ਪਿੰਡ 'ਚ, ਸਾਰਾ ਨਗਰ ਇਲਾਕਾ 'ਚ, ਇਲਾਕੇ ਨਿਵਾਸੀਆਂ 'ਚ ਇਸ ਗੱਲ ਦਾ ਦੁੱਖ ਮਹਿਸੂਸ ਹੋਇਆ, ਜਿਨ੍ਹਾਂ ਨੇ ਵੀ ਸੋਹਲ ਸਾਹਿਬ ਨੇ ਦਿਨ ਰਾਤ ਪਾਰਟੀ ਲਈ 32 ਸਾਲ ਹੋ ਗਏ ਮੈਨੂੰ ਇਸ ਪਾਰਟੀ ਦੀ ਸੇਵਾ ਕਰਦੇ ਨੂੰ, ਅੱਜ ਜਿਹੜੇ ਪਾਰਟੀਆਂ ਤੋਂ 5-5 ਵਾਰੀ ਪਾਰਟੀਆਂ ਬਦਲੀਆਂ ਨੇ ਉਹਨਾਂ ਨੂੰ ਟਿਕਟਾਂ ਨਿਵਾਜੀਆਂ ਗਈਆਂ ਹਨ। ਮੈਂ ਤਾਂ ਸਾਰੇ ਮੀਡੀਆ ਦਾ ਵੀ ਤਹਿ ਦਿਲੋਂ ਸ਼ੁਕਰ ਗੁਜ਼ਾਰਾਂ, ਜਿਨ੍ਹਾਂ ਨੇ ਮੇਰੇ ਨਾਲ 4-5 ਦਿਨ ਤੋਂ ਉਹਨਾਂ ਨੇ ਸੱਚ ਦੀ ਆਵਾਜ਼ ਮੇਰੇ ਦੁੱਖ 'ਚ ਸ਼ਰੀਕ ਹੁੰਦੇ ਹੋਏ, ਮੇਰੀ ਹਮਦਰਦੀ ਪ੍ਰਗਟਾਉਂਦੇ ਹੋਏ ਸੱਚ ਲਿਖਿਆ। ਮੈਂ ਉਸ ਲਿਖਾਰੀ, ਉਸ ਪ੍ਰੈਸ ਰਿਪੋਰਟਰ ਦਾ ਤਹਿ ਦਿਲੋਂ ਧੰਨਵਾਦ। ਮਾਤਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਨੂੰ ਟਿਕਟ ਮਿਲੀ ਹੈ, ਮੈਂ ਬਹੁਤ ਖੁਸ਼ ਹਾਂ ਜੀ, ਧੰਨਵਾਦ ਕਰਦੀ ਹਾਂ, ਠੀਕ ਹੈ। ਤਾਂ ਉਦੋਂ ਵੱਧ ਕੇ ਮੇਰੇ ਨਗਰ ਦਾ, ਮੇਰੇ ਭੈਣਾਂ ਭਾਈਆਂ ਦਾ ਜਿਹੜੇ ਮੇਰੇ ਨਾਲ ਖੜੇ ਨੇ, ਅੱਜ ਤਾਂ ਨਹੀਂ ਮੇਰੀ ਬੇਟੀ ਨੂੰ 10 ਸਾਲ ਹੋ ਗਏ ਸੰਘਰਸ਼ ਲੜਦੀ ਨੂੰ, ਠੀਕ ਹੈ, ਇੰਨੇ ਅਸੀਂ ਜਦੋਂ ਸਾਡੇ 'ਤੇ ਗੋਲੀਆਂ ਵਰਸਦੀਆਂ ਸੀਗੀਆਂ, 60-60, 70-70 ਬੰਦੇ ਆਉਂਦੇ ਸੀ, ਅਸੀਂ ਉਹ ਵੀ ਪਿੰਡ ਆਪ ਤੈਅ ਕਰਕੇ ਇਸ ਸਰਕਾਰ ਨਾਲ ਸੰਯੋਗ ਦਿੱਤਾ ਸੀ, ਹੁਣ ਵੀ ਦਿੰਦੇ ਰਹਾਂਗੇ, ਕਿਧਰੇ ਭੱਜਦੇ ਨਹੀਂ। ਪਰ ਇੰਨੀ ਗੱਲ ਹੈ, ਸਾਡੇ ਨਾਲ ਸਾਡੇ ਨਗਰ ਨੂੰ ਸਾਰੇ ਨੂੰ ਖੁਸ਼ ਕਰਕੇ ਰੱਖਣ, ਜੇ ਨਗਰ ਖੁਸ਼ ਹੈ ਤਾਂ ਅਸੀਂ ਖੁਸ਼ ਹਾਂ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼।